ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਹਲੜਾ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ, ਦੋ ਫਰਾਰ। ਪਿੰਡ ਦੇ DSP ਰਾਜਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਪਿੰਡ ਗੁਰਵਾਲੀ ਦੇ ਰਹਿਣ ਵਾਲੇ ਇੱਕ ਕਾਰ ਚਾਲਕ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਗੱਡੀ ਕਿਰਾਏ ਤੇ ਖੜਨ ਲਈ ਕਿਹਾ ਸੀ, ਜਿੱਥੇ ਉਸ ਵਿਅਕਤੀ ਦੇ ਕਹਿਣ ਤੇ ਕਰਮਜੀਤ ਸਿੰਘ ਕਾਰ ਚਾਲਕ ਆਪਣੀ ਗੱਡੀ ਲੈ ਕੇ ਪਿੰਡ ਝਬਾਲ ਵਿਖੇ ਉਸਦੀ ਵੇਟ ਕਰਨ ਲੱਗਾ। ਜਦੋਂ ਵਿਅਕਤੀ ਗੱਡੀ ਨੇੜੇ ਆਇਆ ਤਾਂ ਕਾਰ ਵਿੱਚ ਬੈਠ ਕੇ ਉਸ ਨੂੰ ਭਿੱਖੀ ਵਿੰਡ ਤੋਂ ਮਾੜੀ ਮਹਿਗਾਉਣ ਲਈ ਕਿਹਾ ਗਿਆ। ਜਦੋਂ ਕਾਰ ਚਾਲਕ ਆਪਣੀ ਗੱਡੀ ਭਿੱਖੀ ਵਿੰਡ ਤੋਂ ਮਾੜੀ ਮਹਿਗਾ ਨੂੰ ਲੈ ਕੇ ਜਾ ਰਿਹਾ ਸੀ ਤਾਂ ਪਿੱਛੋਂ ਆਈ ਗੱਡੀ ਨੇ ਉਸ ਨੂੰ ਰਸਤੇ ਵਿੱਚ ਹੀ ਡੱਕ ਕੇ ਉਸ ਕਾਰ ਚਾਲਕ ਤੋਂ ਕਾਰ ਖੋਹ ਲਈ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੱਡੀ ਵਿੱਚੋਂ ਉਤਾਰ ਦਿੱਤਾ ਗਿਆ ਅਤੇ ਲੁਟੇਰੇ ਕਾਰ ਖੋਹ ਕੇ ਖਾਲੜਾ ਵੱਲ ਨੂੰ ਰਵਾਨਾ ਹੋ ਗਏ। ਉਸਨੇ ਦੱਸਿਆ ਕਿ ਉਹਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ। ਉੱਧਰ DSP ਰਾਜਵੀਰ ਸਿੰਘ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ 379B-149 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। DSP ਨੇ ਕਿਹਾ ਕਿ ਥਾਣਾ ਖਾਲੜਾ ਤੇ ਥਾਣਾ ਭਿੱਖੀ ਪਿੰਡ ਦੇ ਦੋਵਾਂ ਥਾਣਾ ਮੁਖੀਆਂ ਦੀ ਸਾਂਝੀ ਟੀਮ ਬਣਾ ਕੇ ਸਾਈਬਰ ਸੈੱਲ ਦੀ ਮਦਦ ਨਾਲ ਉਹਨਾਂ ਦੀ ਭਾਲ ਸ਼ੁਰੂ ਕੀਤੀ ਗਈ। ਉਹਨਾਂ ਕਿਹਾ ਕਿ SI ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਸ਼ੀਨਾ ਤੋਂ ਨਾਰਲੀ ਨੂੰ ਆ ਰਹੀ ਚੋਰੀ ਵਾਲੀ ਕਾਰ ਨੂੰ ਰੋਕ ਕੇ ਉਸ ਵਿੱਚ ਸਵਾਰ ਵਿਅਕਤੀ ਪਰਮਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਕੌਮ ਜੱਟ ਅਤੇ ਧਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਭਕਣਾ ਕਲਾਂ ਨੂੰ ਕਾਬੂ ਕਰ ਲਿਆ ਗਿਆ। ਉਹਨੇ ਕਿਹਾ ਕਿ ਇਸ ਵਿੱਚ ਦੋ ਹੋਰ ਨੌਜਵਾਨ ਸਤਨਾਮ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਕਣਾ ਕਲਾਂ, ਹਰਪ੍ਰੀਤ ਸਿੰਘ ਵਾਸੀ ਅਚਿੰਤ ਕੋਟ ਵੀ ਸ਼ਾਮਲ ਸਨ, ਜਿਨ੍ਹਾਂ ਦੋਹਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਉਹਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਕੱਲ੍ਹ ਮਿਤੀ 4/10/2019 ਨੂੰ ਆਪਣਾ ਖਾਲੜਾ ਥਾਣੇ ਦੀ ਪੁਲਿਸ ਪਾਰਟੀ SI ਅਮਰੀਕ ਸਿੰਘ ਅਤੇ ਉਹਦੇ ਨਾਲ ਮੌਜੂਦ ਸੀ ਕਿ ਮਦਈ ਜਿਹੜਾ ਕਰਮਜੀਤ ਸਿੰਘ ਸਨ ਆਫ ਮੁਖਤਾਰ ਸਿੰਘ ਵਾਸੀ ਗਰਵਾਲੀ ਨੇ ਆ ਕੇ ਉਹਨਾਂ ਬਸ ਬਿਆਨ ਲਿਖਾਇਆ ਕਿ ਉਹ ਟੈਕਸੀ ਚਲਾਉਂਦਾ ਹੈ ਅਤੇ ਉਹਦੀ ਜਿਹੜੀ ਟੈਕਸੀ ਆ ਉਹਦੀ ਸਵਿਫਟ ਡਿਜ਼ਾਇਰ ਗੱਡੀ ਸੀ PB-01A-6641 ਜਿਹੜਾ ਉਹਨੇ ਕੱਲ੍ਹ ਸੁਬਾਹ ਹੀ ਉਹਨੂੰ ਕਿਸੇ ਨੇ ਅਣਪਛਾਤੇ ਬੰਦੇ ਨੇ ਫੋਨ ਕੀਤਾ ਕਿ ਉਹਨੇ ਮਾੜੀ ਮੇਗਾ ਜਾਣਾ ਹੈ ਅਤੇ ਉਹਨੂੰ ਟੈਕਸੀ ਦੀ ਜ਼ਰੂਰਤ ਹੈ। ਅਤੇ ਬਾਅਦ ਵਿੱਚ ਜਦੋਂ ਟੈਕਸੀ ਲੈ ਕੇ ਆਇਆ ਤਾਂ ਉਹਨੇ ਕਿਹਾ ਕਿ ਉਹ ਕਿੱਥੇ ਹੈ ਤਾਂ ਉਹਨੇ ਦੱਸਿਆ ਵੀ ਮੈਂ ਝਬਾਲ ਚੌਂਕ 'ਚ ਖੜ੍ਹਾ ਹਾਂ, ਇੱਥੋਂ ਮੈਨੂੰ ਰਿਸੀਵ ਕਰ ਲਓ। ਜਦੋਂ ਝਬਾਲ ਚੌਂਕ 'ਚੋਂ ਉਹ ਅਣਪਛਾਤਾ ਬੰਦਾ ਸਰਦਾਰ ਜਿਹੜਾ ਉਹ ਟੈਕਸੀ ਡਰਾਈਵਰ ਦੇ ਨਾਲ ਬਹਿ ਕੇ ਮਾੜੀ ਮੇਘੇ ਵੱਲ ਨੂੰ ਚੱਲ ਪਏ। ਜਦੋਂ ਖਾਲੜਾ ਰੋਡ 'ਤੇ ਜਾ ਕੇ ਮਾੜੀ ਮੇਘੇ ਨੂੰ ਪਏ ਆ ਅਤੇ 100 ਕੁ ਮੀਟਰ ਹੀ ਅੱਗੇ ਜਾ ਕੇ ਇੱਕ ਪਿੱਛੋਂ ਹੋਰ ਗੱਡੀ ਆਈ ਆ ਜਿਸ 'ਚੋਂ 4 ਕੁ ਨੌਜਵਾਨ ਜਿਹੜੇ ਆ ਉਤਰੇ ਆ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ, ਉਹਨਾਂ ਨੇ ਗੱਡੀ ਰੋਕ ਕੇ ਇਹਨੂੰ ਡਰਾ ਧਮਕਾ ਕੇ ਥੱਲੇ ਸੁੱਟ ਕੇ ਅਤੇ ਇਹਦੀ ਗੱਡੀ ਲੈ ਕੇ ਫਰਾਰ ਹੋ ਗਏ। ਜਿਹਦੇ 'ਤੇ ਫਿਰ ਕਰਮਜੀਤ ਸਿੰਘ ਦੀ ਸਟੇਟਮੈਂਟ ਦੇ ਉੱਤੇ ਬਿਆਨ ਦੇ ਉੱਤੇ ਕਾਰਵਾਈ ਕਰਦਿਆਂ SI ਅਮਰੀਕ ਸਿੰਘ ਥਾਣਾ ਖਾਲੜਾ ਨੇ ਮੁਕੱਦਮਾ ਨੰਬਰ 76 ਮਿਤੀ 4/12/19 ਜੁਰਮ 379 BIPC ਤਹਿਤ ਥਾਣਾ ਖਾਲੜਾ ਵਿਖੇ ਦਰਜ ਕਰਕੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਅਤੇ ਫਿਰ ਸਾਰੀ ਟੀਮ ਬਣਾ ਕੇ SHO ਭਿੱਖੀ ਵਿੰਡ ਅਤੇ SHO ਖਾਲੜਾ ਟੀਮਾਂ ਬਣਾ ਕੇ ਸਾਈਬਰ ਸੈੱਲ ਦੀ ਨਾਲ ਮਦਦ ਲੈ ਕੇ ਨਾਲ ਆਪਣੇ ਸੋਰਸਾਂ ਤੋਂ ਮਦਦ ਲੈ ਕੇ ਅਤੇ ਰਾਤ ਹੀ ਜਿਹੜਾ ਸੁਬਾਹ ਹੀ ਇਹ ਮੁਕੱਦਮਾ ਜਿਹੜਾ ਵਾ ਟਰੇਸ ਕਰ ਲਿਆ ਵਾ, ਦੋਸ਼ੀਆਂ ਦਾ ਪਤਾ ਲਾ ਲਿਆ। ਅਤੇ ਅੱਜ ਜਿਹੜਾ ਵਾ ਦੋਸ਼ੀ ਜਿਹੜੇ ਆ ਪਰਮਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਜੱਟ ਵਾਸੀ ਭਗਨਾ ਕਲਾਂ ਅਤੇ ਧਰਮਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਕੌਮ ਮਜ਼ਬੀ ਵਾਸੀ ਭਗਨਾ ਕਲਾਂ ਜਿਹੜੇ ਆ
ਇਹ ਇਤਲਾਹ ਮਿਲੀ ਸੀ ਵੀ ਇਹ ਜਿਹੜੀ ਸਵਿਫਟ ਡਿਜ਼ਾਇਰ ਗੱਡੀ ਜਿਹੜੀ ਇਹਨਾਂ ਕੱਲ੍ਹ ਖੋਈ ਸੀ, ਅੱਜ ਜਿਹੜਾ ਵਾ ਉੱਧਰ ਨਾਰਲੀ ਸਾਈਡ ਤੋਂ ਛੀਨਾ ਤੋਂ ਨਾਰਲੀ ਸਾਈਡ ਨੂੰ ਜਾ ਰਿਹਾ, ਜਿਸ 'ਤੇ ਐੱਸ ਆਈ ਅਮਰੀਕ ਸਿੰਘ ਨੇ ਨਾਕਾ ਪਾਰਟੀ ਨੇ ਉੱਥੇ ਪੂਰੀ ਤਰ੍ਹਾਂ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਇਹਨਾਂ ਨੂੰ ਰੋਕਿਆ ਅਤੇ ਇਹਨਾਂ ਕੋਲੋਂ ਜਿਹੜੀ ਆ ਉਹ ਹੀ ਚੋਰੀ ਦੀ ਕਾਰ ਜਿਹੜੀ ਆ ਬਰਾਮਦ ਕਰ ਲਈ ਆ। ਅਤੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹਨਾਂ ਦੇ ਨਾਲ ਦੇ ਸਾਥੀ ਜਿਹੜੇ ਹੋਰ ਸਤਨਾਮ ਸਿੰਘ ਸਨ, ਉਹ ਸੁਰਿੰਦਰ ਸਿੰਘ ਜੱਟ ਵਾਸੀ ਭਗਨਾ ਕਲਾਂ ਅਤੇ ਇੱਕ ਹਰਪ੍ਰੀਤ ਸਿੰਘ ਵਾਸੀ ਅਚਿੰਤਪੁਰ ਜਿਹੜੇ ਇਹਨਾਂ ਦੇ ਨਾਲ ਸੀ ਉਹ ਵੀ ਇਹਨਾਂ ਦੱਸੇ ਆ, ਜਿਹੜੇ ਉਹ ਵੀ ਮੁਕਦਮੇ 'ਚ ਆਪਾਂ ਨਾਮਜ਼ਦ ਕਰ ਦਿੱਤੇ ਆ ਅਤੇ ਉਹਨਾਂ ਉੱਤੇ ਵੀ ਛਾਪਾਮਾਰੀ ਕੀਤੀ ਜਾ ਰਹੀ ਆ। ਉਹਨਾਂ ਨੂੰ ਵੀ ਅਸੀਂ ਇੱਕ ਦਿਨ ਦੇ ਵਿੱਚ ਹੀ ਜਿਹੜਾ ਵਾ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਕਿੰਨੇ ਜਾਣੇ ਸਰ ਹੁਣ ਤੱਕ ਜਿਹੜੇ ਗ੍ਰਿਫਤਾਰ ਕਰ ਲਏ ਅਤੇ ਕਿੰਨੇ ਰਹਿ ਗਏ ਆ? ਇਹਦੇ ਵਿੱਚ ਦੋ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਵਾ, ਪਰਮਿੰਦਰ ਸਿੰਘ ਅਤੇ ਧਰਮਿੰਦਰ ਸਿੰਘ, ਅਤੇ ਦੋ ਜੋਸ਼ੀ ਸਤਨਾਮ ਸਿੰਘ ਅਤੇ ਹਰਪ੍ਰੀਤ ਸਿੰਘ ਗ੍ਰਿਫਤਾਰ ਕਰਨੇ ਬਾਕੀ ਆ, ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਜਿਹੜੀਆਂ ਟੀਮਾਂ ਰੇਡ ਕਰ ਰਹੀਆਂ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਤਮ ਕਰਮੇ ਗ੍ਰਿਫਤਾਰ ਕਰਕੇ ਇਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ। ਅਤੇ ਜਿਹੜੀ ਵਾਰਦਾਤ ਵਿੱਚ ਉਹਨਾਂ ਨੇ ਗੱਡੀ ਵਰਤੀ ਸੀ ਉਹਨੂੰ ਵੀ ਉਹਦੀ ਵੀ ਰਿਕਵਰੀ ਕੀਤੀ ਜਾਏਗੀ। ਕੀ ਕਾਰਨ ਕੀ ਹੈ ਸਰ ਵੀ ਜਿਹੜਾ ਇਹ ਆਏ ਦਿਨ ਹੀ ਜਿਹੜੀਆਂ ਇਹ ਲੁੱਟਾਂ ਜਿਹੜੀਆਂ ਖਾਸ ਕਰਕੇ ਖਾਲੜਾ ਭਿੱਖੀਵਿੰਡ ਏਰੀਏ ਦੇ ਵਿੱਚ ਹੋ ਰਹੀਆਂ, ਕੀ ਕਾਰਨ ਹੈ ਸਰ? ਹਾਂਜੀ, ਇਹਦੇ ਵਿੱਚ ਤਾਂ ਇਹਨਾਂ ਦੀ ਪੁੱਛਗਿੱਛ ਇਹੋ ਹੀ ਆਇਆ ਵੀ ਅਸੀਂ ਜਿਹੜੀ ਆ ਗੱਡੀ ਮਤਲਬ ਕਿਹਾ ਸੀ ਕਿ ਵੀ ਸਾਨੂੰ ਜ਼ਰੂਰਤ ਆ, ਇਹਦੇ ਉੱਤੇ ਅਸੀਂ ਹੋਰ ਕੋਈ ਵਾਰਦਾਤ ਤਾਂ ਕਰਿਆ ਕਰਾਂਗੇ, ਇਸ ਵਾਸਤੇ ਇਹਨਾਂ ਨੇ ਗੱਡੀ ਖੋਲ ਲਈ ਸੀਗੀ ਅਤੇ ਉਹਦੇ ਉੱਤੇ ਇਹਨਾਂ ਨੇ ਹੋਰ ਕੋਈ, ਹੁਣ ਵੀ ਇਹਨਾਂ ਨੇ ਹੋਰ ਕੋਈ ਨੰਬਰ ਲਾ ਕੇ ਅਤੇ ਇਹਨੂੰ ਚਲਾ ਰਿਹਾ ਸੀਗੇ ਜਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।